ਆਪਣੇ ਮਾਸਟਰ ਜੀ ਜਿਹੜੇ ਭਗਵੰਤਮਾਨ ਨਵੇਂ ਲੱਗੇ ਹੋਏ ਨੇ ਪੰਜਾਬੀ ਦੇ ਜਿਨ੍ਹਾਂ ਨੇ ਮੈਨੂੰ ਟੀਚਰ ਕੀਤੀ ਸੀ ਅਸਲ 'ਚ ਨਫਰਤ ਬੋਲ ਰਹੀ ਹੈ ਇਹਨਾਂ ਦੀ ਕਾਮਨਵੈਲਥ ਗੇਮਜ਼ ਵਿੱਚ ਇੱਕ ਲੜਕੀ ਨੇ ਮੈਡਲ ਜਿੱਤਿਆ ਸੀਗਾ ਸਿਰਫ 10 ਲਫ਼ਜ਼ ਲਿਗੇ ਸੀਗੇ ਤਿੰਨ ਗਲਤੀਆਂ ਸੀ ਪੰਜਾਬੀ ਅੱਛਾ ਕਈਆਂ ਨੇ ਤੁਸੀਂ ਤਮੀਜ਼ ਕਰ ਰਹੇ ਗਏ ਉਹਨੂੰ ਪੰਜਾਬੀ ਦਾ ਪਾਠ ਬਹੁਤ ਪੜਾ ਰਹੇ ਜਿਵੇਂ ਕਿ ਉਹ ਕਹਿੰਦੇ ਤੁਸੀਂ ਅੱਜਕੱਲ ਬਹੁਤ ਗਲਤੀਆਂ ਕੱਢ ਰਹੇ ਹੇ ਜਿਹੜੇ ਟਵੀਟ ਜਾਰੀ ਕੀਤੇ ਜਾਂਦੇ ਨੇ ਆਪਣੇ ਮਾਸਟਰ ਜੀ ਜਿਹੜੇ ਭਗਵੰਤਮਾਨ ਨਵੇਂ ਲੱਗੇ ਹੋਏ ਨੇ ਪੰਜਾਬੀ ਦੇ ਜਿਨ੍ਹਾਂ ਨੇ ਮੈਨੂੰ ਟੀਚਰ ਕੀਤੀ ਸੀ ਅਸਲ 'ਚ ਨਫਰਤ ਬੋਲ ਰਹੀ ਹੈ ਉਹਨਾਂ ਦੀ ਔਰ ਲੋਕੀ ਵੀ ਸਮਝਦੇ ਸਾਰੀ ਗੱਲ ਨੂੰ ਉਹ ਮੈਨੂੰ ਪੰਜਾਬੀ ਦਾ ਕੋਈ ਜ਼ੁਬਾਨ ਦੀ ਗੱਲ ਸਮਝਾਉਂਦਾ ਥੋੜੇ ਦਿਨ ਬਾਅਦ ਆ ਉਹਦਾ ਟਵੀਟ ਆਇਆ ਵਾ ਇੱਕ ਉਹ ਮੇਰੇ ਖਿਆਲ ਕਾਮਨਵੈਲਥ ਗੇਮਜ਼ ਵਿੱਚ ਇੱਕ ਲੜਕੀ ਨੇ ਮੈਡਲ ਜਿੱਤਿਆ ਸੀਗਾ ਸਿਰਫ 10 ਲਵਜ਼ ਲਿਗੇ ਸੀਗੇ ਤਿੰਨ ਗਲਤੀਆਂ ਸੀ ਪੰਜਾਬੀ 'ਚ ਤਿੰਨ ਗਲਤੀਆਂ ਇੱਥੋਂ ਦੋ ਗੱਲਾਂ ਸਾਬਤ ਹੁੰਦੀ ਜਾਂ ਤਾਂ ਇਹਨੂੰ ਪੰਜਾਬੀ ਵੀ ਨਹੀਂ ਲਿਖਣੀ ਆਉਂਦੀ ਤੇ ਜਾਂ ਫਿਰ ਇਹਦੇ ਟਵੀਟ ਦਿੱਲੀ ਵਾਲੇ ਬਣਾ ਕੇ ਭੇਜ ਰਹੇ ਨੇ ਦੋ ਗੱਲਾਂ ਇਹਦੇ ਚ ਆ ਰੀਆਂ ਨੇ ਜੀ ਜੀ ਪੜਾਉਂਦੇ ਸਾਨੂੰ ਪੰਜਾਬੀ ਆ ਲਿਖਣੀ ਆਪ ਨਹੀਂ ਆਉਂਦੀ ਔਰ ਜਿਹੜਾ ਭਗਵੰਤਪਾਲ ਦਾ ਰਵਈਆ ਹੈਗਾ ਵਾ ਉਹ ਕੋਈ ਅਨਲਾਈਕ ਚੀਫ ਮਿਨਿਸਟਰ ਹੈ ਕਦੀ ਕਦੀ ਚੀਫ ਮਿਨਿਸਟਰ ਗਿਆ ਵਾ 2800 28 ਕਿੱਲੇ ਛਡਾਉਣ ਉਹ ਜਿਹੜੇ ਪਿੰਡ ਵਾਲੇ ਸਾਰੇ ਇਕੱਠੇ ਹੋ ਕੇ ਮੇਰੇ ਕੋ ਆਏ ਵਿਚਾਰੇ ਜਿਹੜੇ ਛੋਟੀ ਵੱਡੀ ਨੱਗਲ ਪਿੰਡ ਆ ਚੰਡੀਗੜ੍ਹ ਦੇ ਲਾਗੇ ਉਹ ਕਹਿੰਦੇ 400 ਪਰਿਵਾਰ ਇਹਨਾਂ ਨੇ ਮਾਰਤਾ ਸਾਡਾ ਜੀ ਦੋ ਦੋ ਚਾਰ ਚਾਰ ਕਿੱਲੇ ਵਾਲੇ ਸੀ ਬੰਦੇ ਸੀਗੇ ਸਿਰਫ ਸਿਮਰਨਜੀਤ ਸਿੰਘ ਮਾਨ ਨੂੰ ਐਕਸਪੋਜ਼ ਕਰਨ ਵਾਸਤੇ ਔਰ ਝੂਠ ਬੋਲਿਆ ਉੱਥੇ ਜਾ ਕੇ ਕਿ ਸਵਾ 100 ਕਿੱਲਾ ਜ਼ਮੀਨ ਹੈ ਮੇਰਾ ਖਿਆਲ ਹੈ ਉਹਨਾਂ ਕੋ 10 12 ਕਿੱਲੇ ਜ਼ਮੀਨ ਹੈ ਜਿਹੜੀ ਉਹਨਾਂ ਨੇ ਔਰ ਮੇਰੇ ਖਿਆਲ ਅਫ ਆਮ ਨਾਟ ਰੋਂਗ ਹਾਈ ਕੋਰਟ ਨੇ ਵੀ ਸਟੇ ਕਰਤਾ ਸਰ ਆਪਰੇਸ਼ਨ ਇਹਦਾ ਇਹ ਤਾਂ ਐਵੇਂ ਇਹ ਤਾਂ ਸੋਸ਼ਲ ਇੱਕ ਹੀ ਕਹਿੰਦੇ ਹੁੰਦੇ ਆ ਫੇਸਬੁਕ ਹੀ ਇਹ ਨੇ ਸਾਰੇ ਇਹ ਫਰਜੀ ਇਨਕਲਾਬੀ ਨੇ ਤੇ ਫੇਸਬੁਕ ਹੀ ਇਹ ਨੇ ਇਹਨਾਂ ਦੀ ਸਾਰੀ ਪੋਲਿਟਿਕ ਸਪੇਸ ਫੇਸਬੁਕ ਤੇ ਘੁੰਮ ਰਹੀ ਆ ਔਰ ਇਹਨਾਂ ਨੇ ਤਈਓ ਸਾਡਾ ਸਿੱਧੂ ਮੂਸੇਵਾਲਾ ਮਰਵਾਇਆ ਫੇਸਬੁਕਾਂ ਦੇ ਜਾ ਜਾ ਕੇ ਆਪਣੇ ਮਾਸਟਰ ਜੀ ਜਿਹੜੇ ਭਗਵੰਤ ਮਾਨ ਨਵੇਂ ਲੱਗੇ ਹੋਏ ਨੇ ਪੰਜਾਬੀ ਦੇ ਜਿਨ੍ਹਾਂ ਨੇ ਮੈਨੂੰ ਟੀਚਰ ਕੀਤੀ ਸੀ ਅਸਲ 'ਚ ਨਫ਼ਰਤ ਬੋਲ ਰਹੀ ਹੈ ਇਹਨਾਂ ਦੀ ਕਾਮਨਵੈਲਥ ਗੇਮਜ਼ ਵਿੱਚ ਇੱਕ ਲੜਕੀ ਨੇ ਮੈਡਲ ਜਿੱਤਿਆ ਸੀਗਾ ਸਿਰਫ 10 ਲ ਕਈ ਨੇ ਦੂਈ ਤਮੀਜ਼ ਖਾਰੇ ਗਏ ਨੂੰ ਪੰਜਾਬੀ ਦਾ ਪਾਠ ਬਹੁਤ ਪੜਾ ਰਹੇ ਜੀ ਕਿ ਕਹਿੰਦੇ ਤੁਸੀਂ ਅੱਜਕੱਲ ਬਹੁਤ ਗਲਤੀਆਂ ਕੱਢ ਰਹੇ ਹੇ ਜਿਹੜੇ ਟਵੀਟ ਜਾਰੀ ਕੀਤੇ ਜਾਂਦੇ ਨੇ ਆਪਣੇ ਮਾਸਟਰ ਜੀ ਜਿਹੜੇ ਭਗਵੰਤਮਾਨ ਨਵੇਂ ਲੱਗੇ ਹੋਏ ਨੇ ਪੰਜਾਬੀ ਦੇ ਜਿਨ੍ਹਾਂ ਨੇ ਮੈਨੂੰ ਟੀਚਰ ਕੀਤੀ ਸੀ ਅਸਲ ਚ ਨਫ਼ਰਤ ਬੋਲ ਰਹੀ ਹੈ ਉਹਨਾਂ ਦੀ ਔਰ ਲੋਕੀ ਵੀ ਸਮਝਦੇ ਸਾਰੀ ਗੱਲ ਨੂੰ ਉਹ ਮੈਨੂੰ ਪੰਜਾਬੀ ਦਾ ਕੋਈ ਜ਼ੁਬਾਨ ਦੀ ਗੱਲ ਸਮਝਾਉਂਦਾ ਥੋੜੇ ਦਿਨ ਬਾਅਦ ਆ ਉਹਦਾ ਟਵੀਟ ਆਇਆ ਵਾ ਇੱਕ ਉਹ ਮੇਰੇ ਖਿਆਲ ਕਾਮਨਵੈਲਥ ਗੇਮਜ਼ ਵਿੱਚ ਇੱਕ ਲੜਕੀ ਨੇ ਮੈਡਲ ਜਿੱਤਿਆ ਸੀਗਾ ਸਿਰਫ 10 ਲਵਜ਼ ਲਿਗੇ ਸੀਗੇ ਤਿੰਨ ਗਲਤੀਆਂ ਸੀ ਪ ਇਥੋਂ ਦੋ ਗੱਲਾਂ ਸਾਬਤ ਹੁੰਦੀਆਂ ਜਾਂ ਤਾਂ ਇਹਨੂੰ ਪੰਜਾਬੀ ਵੀ ਨਹੀਂ ਲਿਖਣੀ ਆਉਂਦੀ ਤੇ ਜਾਂ ਫਿਰ ਇਹਦੇ ਟਵੀਟ ਦਿੱਲੀ ਵਾਲੇ ਬਣਾ ਕੇ ਭੇਜ ਰਹੇ ਨੇ ਦੋ ਗੱਲਾਂ ਇਹਦੇ ਚ ਆ ਰਹੀਆਂ ਨੇ ਜੀ ਜੀ ਪੜਾਉਂਦੇ ਸਾਨੂੰ ਪੰਜਾਬੀ ਆ ਲਿਖਣੀ ਆਪ ਨਹੀਂ ਆਉਂਦੀ ਔਰ ਜਿਹੜਾ ਭਗਵੰਤਪਾਲ ਦਾ ਰਵਈਆ ਹੈਗਾ ਵਾ ਉਹ ਕੋਈ ਅਨਲਾਈਕ ਚੀਫ ਮਿਨਿਸਟਰ ਹੈ ਕਦੀ ਕਦੀ ਚੀਫ ਮਿਨਿਸਟਰ ਗਿਆ ਵਾ 2800 22 ਕਿਲੇ ਛਡਾਉਣ ਉਹ ਜਿਹੜੇ ਪਿੰਡ ਵਾਲੇ ਸਾਰੇ ਇਕੱਠੇ ਹੋ ਕੇ ਮੇਰੇ ਕੋ ਆਏ ਵਿਚਾਰੇ ਜਿਹੜੇ ਛੋਟੀ ਵੱਡੀ ਨੱਗਲ ਪਿੰਡ ਆ ਚੰਡੀਗੜ੍ਹ ਦੇ ਲਾਗੇ ਉਹ ਕਹਿੰਦੇ 400 ਪਰਿਵਾਰ ਇਹਨਾਂ ਨੇ ਮਾਰਤਾ ਸਾਡਾ ਜੀ ਦੋ ਦੋ ਚਾਰ ਚਾਰ ਕਿੱਲੇ ਵਾਲੇ ਸੀ ਬੰਦੇ ਸੀਗੇ ਸਿਰਫ ਸਿਮਰਨਜੀਤ ਸਿੰਘ ਮਾਨ ਨੂੰ ਐਕਸਪੋਜ਼ ਕਰਨ ਵਾਸਤੇ ਔਰ ਝੂਠ ਬੋਲੇ ਉੱਥੇ ਜਾ ਕੇ ਕਿ ਸਵਾ 100 ਕਿੱਲਾ ਜ਼ਮੀਨ ਹੈ ਮੇਰਾ ਖਿਆਲ ਹੈ ਉਹਨਾਂ ਕੋ 10-12 ਕਿੱਲੇ ਜ਼ਮੀਨ ਹੈ ਜਿਹੜੀ ਉਹਨਾਂ ਨੇ 80s ਵਿੱਚ ਮੁੱਲ ਲਈ ਹੋਈ ਹੈ ਔਰ ਮੇਰਾ ਖਿਆਲ ਹੈ ਇਫ ਆਮ ਨੋਟ ਰੌਂਗ ਹਾਈ ਕੋਰਟ ਨੇ ਵੀ ਸਟੇ ਕਰਤਾ ਸਰ ਆਪਰੇਸ਼ਨ ਇਹ ਤਾਂ ਇਹ ਤਾਂ ਐਵੇਂ ਇਹ ਤਾਂ ਸੋਸ਼ਲ ਇੱਕ ਹੀ ਕਹਿੰਦੇ ਹੁੰਦੇ ਆ ਫੇਸਬੁੱਕ ਹੀ ਇਹ ਨੇ ਸਾਰੇ ਇਹ ਫਰਜੀ ਇਨਕਲਾਬੀ ਨੇ ਤੇ ਫੇਸਬੁੱਕ ਹੀ ਇਹ ਨੇ ਇਹਨਾਂ ਦੀ ਸਾਰੀ ਪੋਲਿਟਿਕ ਸਪੇਸ ਫੇਸਬ ਔਰ ਇਹਨਾਂ ਨੇ ਤੈਉ ਸਾਡਾ ਸਿੱਧੂ ਮੂਸੇਵਾਲਾ ਮਰਵਾਇਆ ਫੇਸਬੁੱਕਾਂ ਦੇ ਜਾ ਜਾ ਕੇ